प्यारे विद्यार्थियों आओ पंजाबी दे पेपर दी दोहराई करिए। ਅਸੀਂ ਸਭ ਤੋਂ ਪਹਿਲਾਂ ਚੈਪਟਰ ਵਾਈਜ਼ ਕੁਐਸਚਨ ਆਨਸਰ ਕਰਾਂਗੇ। ਗਤਕੇ ਦੀ ਸ਼ੁਰੂਆਤ ਕਿਸ ਗੁਰੂ ਜੀ ਦੇ ਸਮੇਂ ਤੋਂ ਹੋਈ? ਤੇ ਆਨਸਰ ਆਏਗਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਪਹਿਲਾਂ ਗਤਕੇ ਦਾ ਵੱਡਾ ਕੇਂਦਰ ਕਿਹੜਾ ਸੀ? ਪੌਂਟਾ ਸਾਹਿਬ। ਆਤਮ ਸੁਰੱਖਿਆ ਕਾਰਨ ਕਿਹੜੀ ਖੇਡ ਹੋਣ ਦੇ ਵਿੱਚ ਆਈ? ਗਤਕਾ। ਗਤਕਾ ਕਿਸ ਤੇ ਹਰਮਨ ਪਿਆਰੀ ਖੇਡ ਹੈ? ਨਿਹੰਗ ਸਿੰਘਾਂ ਦੀ। ਖੁਦਕਾ ਕਿਹੜੀ ਭਾਸ਼ਾ ਦਾ ਸ਼ਬਦ ਹੈ? ਫਾਰਸੀ। ਗਤਕਾ ਖੇਡਣ ਸਮੇਂ ਕਿਹੜਾ ਹਥਿਆਰ ਵਰਤੋਂ ਵਿੱਚ ਨਹੀਂ ਲਿਆ ਜਾਂਦਾ ਬੰਦੂਕ ਗਤਕੇ ਦਾ ਉਸਤਾਦ ਗਤਕਾ ਸਿਖਾਉਣ ਤੋਂ ਪਹਿਲਾਂ ਸਿਖਿਆਰਤੀ ਨੂੰ ਕੀ ਸਿੱਖਿਆ ਦਿੰਦਾ ਹੈ ਸਾਦੀ ਅਤੇ ਸ਼ੁੱਧ ਖੁਰਾਕ ਖਾਣੀ ਹੈ ਗਤਕੇ ਦੇ ਅਖਾੜੇ ਵਿੱਚ ਜਾਣ ਤੋਂ ਪਹਿਲਾਂ ਖਿਡਾਰੀ ਕਿਸ ਤਰ੍ਹਾਂ ਦੀ ਤਿਆਰੀ ਕਰਦਾ ਹੈ ਖਿਡਾਰੀਆਂ ਦੁਆਰਾ ਜੋਸੇ ਗਰਮਾਏ ਜਾਂਦੇ ਹਨ ਮਤਲਬ ਕਿ ਆਪਣੇ ਸਰੀਰ ਨੂੰ ਗਰਮ ਕੀਤਾ ਜਾਂਦਾ ਹੈ ਅੱਜਕੱਲ ਗਤਕੇ ਦੀ ਖੇਡ ਕਿੱਥੇ-ਕਿੱਥੇ ਖੇਡੀ ਜਾਂਦੀ ਹੈ ਨਗਰ ਕੀਰਤਨ ਅਤੇ ਖਾਸ ਖੇਡ ਸਮਾਗਮਾਂ ਦੇ ਵਿੱਚ ਗਤਕਾ ਕਿਹੜੀ ਖੇਡ ਦੀ ਸਿੱਖਿਆ ਦਾ ਪਹਿਲਾ ਪੜਾਅ ਹੈ ਗਦਾ ਜੁੱਦ ਕਸਤੀ ਵਾਂਗ ਗਤਕਾ ਖੇਡ ਵਿੱਚ ਵੀ ਉਸਤਾਦੀ ਸ਼ਗਿਰਦੀ ਚੱਲਦੀ ਹੈ ਉਸਤਾਦਾਂ ਦਾ ਆਪਣੇ ਅਖਾੜੇ ਹੁੰਦੇ ਹਨ ਉਸਤਾਦ ਕੁਝ ਰਸਮਾਂ ਕਰਕੇ ਬੱਚੇ ਨੂੰ ਭਜੰਗੀ ਬਣਾਉਂਦੇ ਹਨ ਨਿਹੰਗ ਸਿੰਘਾਂ ਦੀ ਇਹ ਹਰਮਨ ਪਿਆਰੀ ਖੇਡ ਹੈ ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਸ਼ਬਦ ਆਮ ਨਾਮ ਹੈ ਇਹਦਾ ਆਨਸਰ ਆਏਗਾ ਸੈਨਿਕ ਹੇਠਾਂ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਸ਼ਬਦ ਖਾਸ ਨਾਮ ਹੈ ਅਨੰਦਪੁਰ ਸਾਹਿਬ ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਠੀਕ ਨਹੀਂ ਹੈ? ਭੂਗolik ਗੱਤਕੇ ਵਿੱਚ ਵਰਤੇ ਜਾਂਦੇ ਡੰਡੇ ਦੀ ਲੰਬਾਈ ਕਿੰਨੀ ਹੁੰਦੀ ਹੈ? 3.5 ਹੱਥ। ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ? ਗਦਾ ਜੁੱਦਾਂ ਮਹਰ ਬਣਨ ਲਈ ਪਹਿਲਾਂ ਗੱਤਕਾ ਸਿੱਖਣਾ ਪੈਂਦਾ ਹੈ। ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ? ਵਿਦਿਅਕ ਮੁਕਾਬਲਿਆਂ ਵਿੱਚ ਮੁੰਡੇ ਕੁੜੀਆਂ ਦੇ ਅਲੱਗ-ਅਲੱਗ ਮੁਕਾਬਲੇ ਹੁੰਦੇ ਹਨ। ਸੈਕੰਡ ਚੈਪਟਰ ਵਿੱਚ ਭਾਰਤ ਵਿੱਚ ਕੁੱਲ ਕਿੰਨੇ ਰਾਜ ਹਨ? 28 ਭਾਰਤ ਦੀ ਰਾਜਧਾਨੀ ਕਿਹੜੀ ਹੈ ਦਿੱਲੀ ਭਾਰਤ ਦੇ ਰਾਸ਼ਟ ਝੰਡੇ ਵਿੱਚ ਕਿੰਨੇ ਰੰਗ ਹਨ ਤਿੰਨ ਹਿੰਦੁਸਤਾਨ ਦੇ ਚਸ਼ਮੇ ਵਿੱਚ ਫੁੱਟਦਾ ਪਾਣੀ ਕਿਹੋ ਜਿਹਾ ਹੈ ਚਾਂਦੀ ਰੰਗਾ ਸਾਨੂੰ ਹਰ ਨਵੀਂ ਸਵੇਰ ਨੂੰ ਮੁਸਕਾਨ ਵੰਡਣੀ ਚਾਹੀਦੀ ਹੈ ਤਿਰੰਗੇ ਵਿੱਚ ਸਭ ਤੋਂ ਹੇਠਾਂ ਕਿਹੜਾ ਰੰਗ ਹੁੰਦਾ ਹੈ ਹਰਾ ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਨਾਮ ਹੈ ਜੰਗਲ ਇਸ ਦੀ ਮਿੱਟੀ ਵਿੱਚ ਉਗਦੇ ਨੇ ਮੋਤੀਆਂ ਵਰਗੇ ਦਾਣੇ ਸਾਡੇ ਦੇਸ਼ ਦਾ ਨਾਮ ਹਿੰਦੁਸਤਾਨ ਵੀ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਸਹੀ ਨਹੀਂ ਹੈ ਇਹਦਾ ਆਨਸਰ ਆਏਗਾ ਪਾਲੀ ਸਰਾਹ ਸ਼ਬਦ ਦਾ ਅਰਥ ਹੈ ਸਰੋਵਰ ਕੂੜ ਸ਼ਬਦ ਦਾ ਅਰਥ ਹੈ ਝੂਠ ਪਾਲੀ ਸ਼ਬਦ ਦਾ ਅਰਥ ਹੈ ਪਸ਼ੂ ਚਾਰਨ ਵਾਲਾ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ ਚੱਜੀ ਅਤੇ ਸਿਆਣੀ ਕੁੜੀ ਨੂੰ ਰਕਾਨ ਕਹਿੰਦੇ ਹਨ ਅਸੀਂ ਹਿੰਦੁਸਤਾਨ ਦੀ ਮਿੱਟੀ ਨੂੰ ਸੀ ਸੰਵਾਂਦੇ ਹਾਂ ਕਿਉਂਕਿ ਇਹ ਸਾਡੇ ਸਾਡੇ ਲਈ ਵਰਦਾਨ ਹੈ ਸਾਨੂੰ ਕਿਸ ਪ੍ਰਕਾਰ ਦੀ ਕਮਾਈ ਕਰਨੀ ਚਾਹੀਦੀ ਹੈ ਹੱਕ ਸੱਚ ਦੇ ਲਿਖਿਆ ਸਤਰਾ ਪੂਰੀਆਂ ਕਰੋ ਇੱਕ ਬਾਗ ਵਿੱਚ ਅਸੀਂ ਹਾਂ ਉੱਗੇ ਬੂਟੇ ਕਈ ਤਰ੍ਹਾਂ ਦੇ ਪਰ ਆਪਸ ਵਿੱਚ ਕੁਲੇ ਮਿਲੇ ਹਾਂ ਪਾਣੀ ਜਿਵੇਂ ਸਰਾਂ ਦੇ ਇਸ ਮਿੱਟੀ ਵਿੱਚ ਉੱਗਦੇ ਨੇ ਮੋਤੀਆਂ ਵਰਗੇ ਦਾਣੇ ਇਹ ਮਿੱਟੀ ਤਾਂ ਮਾਂ ਹੁੰਦੀ ਹੈ ਆਖਣ ਲੋਕ ਸਿਆਣੇ ਉੱਚੇ ਪਰਬਤ ਬਰਫਾਂ ਲੱਦੇ ਖੜੇ ਜਿਉ ਬਨ ਕੇ ਟਾਣੀ ਇਸ ਦੇ ਚਸ਼ਮਿਆਂ ਵਿੱਚੋਂ ਫੁੱਟਦਾ ਚਾਂਦੀ ਰੰਗਾ ਪਾਣੀ ਰਿਸ਼ੀਆ ਮੁਨੀਆਂ ਗੁਰੂਆਂ ਪੀਰਾਂ ਇਸ ਦੀ ਸ਼ਾਨ ਵਧਾਈ ਇਸ ਦੇ ਜੋਧਿਆਂ ਨੇ ਜੱਗ ਉੱਤੇ ਆਪਣੀ ਧਾਂਕ ਜਮਾਈ ਅਗਲਾ ਚੈਪਟਰ ਹੈਗਾ 12 ਮਾਹਾ ਇੱਕ ਸਾਲ ਵਿੱਚ ਕਿੰਨੇ ਦੇਸੀ ਮਹੀਨੇ ਹੁੰਦੇ ਹਨ 12 ਲੋਹੜੀ ਕਿਸ ਮਹੀਨੇ ਮਨਾਈ ਜਾਂਦੀ ਹੈ ਫੱਗਣ ਵਿੱਚ ਸ਼ਰਮਕੁਤਸਰ ਵਿੱਚ ਕਿਹੜਾ ਮੇਲਾ ਲੱਗਦਾ ਹੈ ਮਾਗੀ ਦਾ ਮੇਲਾ ਦੇਸੀ ਮਹੀਨਿਆਂ ਵਿੱਚ ਆਖਰੀ ਮਹੀਨਾ ਕਿਹੜਾ ਹੁੰਦਾ ਫੱਗਣ ਵਿਸਾਖੀ ਵਿਸਾਖ ਮਹੀਨੇ ਵਿੱਚ ਮਨਾਈ ਜਾਂਦੀ ਹੈ ਲਿਖਿਆ ਵਿੱਚ ਕਿਹੜਾ ਕਥਨ ਸਹੀ ਹੈ ਜੇਠ ਮਹੀਨਾ ਲੂਆਂ ਦਾ ਹੁੰਦਾ ਹੈ ਚਾਨਣੀਆਂ ਰਾਤਾਂ ਕਿਸ ਮਹੀਨੇ ਹੁੰਦੀਆਂ ਹਨ ਕਤਕ ਮਹੀਨੇ ਪੋਵ ਵਿੱਚ ਪਾਲਾ ਖੇਸੀ ਦਾ ਧੂਣੀਆਂ ਲਾਲਾ ਸੇਕੀ ਦਾ ਫੱਗਣ ਫੁੱਲ ਖੜਾਉਂਦਾ ਹੈ ਸਭ ਦੇ ਮਨ ਨੂੰ ਭਾਉਂਦਾ ਹੈ ਜਾਮਨ ਸ਼ਬਦ ਦੀ ਕਿਸਮ ਨੂੰ ਜਮਾਏ ਕਹਿੰਦੇ ਆ ਝੜੀਆਂ ਸ਼ਬਦ ਦਾ ਅਰਥ ਹੈ ਲਗਾਤਾਰ ਪੈਣ ਵਾਲਾ ਮੀਂਹ ਪਹਿਰ ਸ਼ਬਦ ਦਾ ਅਰਥ ਹੈ 24 ਘੰਟਿਆਂ ਦਾ 8ਵਾਂ ਹਿੱਸਾ ਅਗਸਤ ਸਤੰਬਰ ਵਿੱਚ ਕਿਹੜਾ ਦੇਸੀ ਮਹੀਨਾ ਆਂਦਾ ਭਾਦੋਂ ਕਿਹੜਾ ਸ਼ਬਦ ਛੁੱਧਾ ਹੈ ਫੱਗਣ ਭਾਦੋਂ ਧੁੱਪਾਂ ਕੈਰਦੀਆਂ ਝੜੀਆਂ ਕਈ ਕਈ ਪੈਰਦੀਆਂ ਲੋਹਾ ਸ਼ਬਦ ਦਾ ਅਰਥ ਹੈ ਗਰਮ ਹਵਾਵਾਂ ਅਸੂਮਾਹ ਨਿਰੱਲਾ ਹੈ ਜੇਠ ਮਹੀਨਾ ਲੂਆਂ ਦਾ ਪਾਣੀ ਸੁੱਕਦਾ ਖੂਹਾਂ ਦਾ ਖੇਸੀ ਲੈਣ ਦਾ ਪਾਲਾ ਕਿਸ ਮਹੀਨੇ ਹੁੰਦਾ ਹੈ ਪੌ ਮਹੀਨੇ ਧੁੱਪਾਂ ਕਿਸ ਮਹੀਨੇ ਚੰਗੀਆਂ ਲੱਗਦੀਆਂ ਹਨ ਮਾਗ ਵਿੱਚ ਸ਼ਹੀਦ ਉਦਮ ਸਿੰਘ ਦਾ ਜਨਮ ਕਦੋਂ ਹੋਇਆ 26 ਦਸੰਬਰ 1899 ਵੇ ਸ਼ਹੀਦ ਉਦਮ ਸਿੰਘ ਦਾ ਜਨਮ ਕਿੱਥੇ ਹੋਇਆ ਜ਼ਿਲ੍ਹਾ ਸੰਗਰੂਰ ਵਿੱਚ ਉਹਨਾਂ ਦੇ ਪਿਤਾ ਜੀ ਦਾ ਨਾਮ ਸਰਦਾਰ ਟਹਿਲ ਸਿੰਘ ਸੀ ਜਤੀਮ ਖੰਨ ਜਾਣ ਤੋਂ ਪਹਿਲੇ ਉਹਨਾਂ ਦਾ ਨਾਮ ਸ਼ੇਰ ਸਿੰਘ ਸੀ ਸ਼ਹੀਦ ਉਦਮ ਸਿੰਘ ਕਿਸ ਨੂੰ ਪ੍ਰਗੁਰੂ ਮੰਨਦੇ ਸੀ ਸ਼ਹੀਦ ਗਜ ਸਿੰਘ ਨੂੰ ਸ਼ਹੀਦ ਉਦਮ ਸਿੰਘ ਨੂੰ ਫਾਂਸੀ ਕਦੋਂ ਦਿੱਤੀ ਗਈ 31 ਜੁਲਾਈ 1940 ਦੇ ਵਿੱਚ ਕਿੱਥੇ ਦਿੱਤੀ ਗਈ ਲੰਡਨ ਦੇ ਵਿੱਚ ਸ਼ਹੀਦ ਉਦਮ ਸਿੰਘ ਦੇ ਪਿਤਾ ਜੀ ਚੌਂਕੀਦਾਰੀ ਦਾ ਕੰਮ ਕਰਦੇ ਸਨ ਜਲਿਆਂਵਾਲਾ ਬਾਗ ਦੇ ਕਤਲੇਆਮ ਦਾ ਅਸਲੀ ਜ਼ਿੰਮੇਵਾਰ ਜਨਰਲ ਅਡਵਾਇਰ ਸੀ ਮਾਈਕਲ ਅਡਵਾਇਰ ਨੂੰ ਗੋਲੀ ਮਾਰਨ ਪਿੱਛੋਂ ਸ਼ਹੀਦ ਉਦਮ ਸਿੰਘ ਉੱਥੋਂ ਭੱਜਿਆ ਨਹੀਂ ਦੇਹਾਂਤ ਸ਼ਬਦ ਦਾ ਅਰਥ ਹੁੰਦਾ ਮੌਤ ਹੋ ਜਾਣਾ ਖੁੰਨੀ ਸਾਾਕਾ ਵਾਪਰਨਾ ਦਾ ਅਰਥ ਹੁੰਦਾ ਵੱਡੇ ਪੱਧਰ ਤੇ ਕਤਲ ਹੋਣਾ ਸ਼ੁੱਧ ਸ਼ਬਦ ਜਿਹੜਾ ਈਡੀ ਸਿਆਰੀ ਗੱਗੇ ਵਾਲਾ ਇੰਗਲੈਂਡ ਵਾਲਾ ਆ ਇਹਨਾਂ ਦੇ ਵਿੱਚ ਪਹਿਲਾ ਗ੍ਰਿਫਤਾਰ ਹੈ ਮਾਈਕਲ ਐਡਵਾਰਨ ਨੂੰ ਮਾਰ ਕੇ ਦੇਸ਼ ਦੀ ਖਾਤਰ ਆਪਣਾ ਫਰਜ ਨਿਭਾਇਆ ਹੈ ਸ਼ਹੀਦ ਉਦਮ ਸਿੰਘ ਆਪਣੇ ਮਨ ਦੀ ਗੱਲ ਘੱਟ ਵੱਧ ਕਿਸੇ ਨੂੰ ਦੱਸਦੇ ਸੀ ਸ਼ਹੀਦ ਉਦਮ ਸਿੰਘ ਨੇ ਆਪਣੇ ਬਚਾ ਲਈ ਕੋਈ ਵਕੀਲ ਨਹੀਂ ਕੀਤਾ ਇਹ ਦੁੱਧਮ ਸਿੰਘ ਨੂੰ ਇਨਸਪੈਕਟਰ ਨੇ ਡਰਦਿਆਂ ਡਰਦਿਆਂ ਗ੍ਰਿਫਤਾਰ ਕੀਤਾ। ਸ਼ਹੀਦ ਦੁੱਧਮ ਸਿੰਘ ਭਗਤ ਸਿੰਘ ਦੀ ਤਸਵੀਰ ਨੂੰ ਲੈ ਕੇ ਚਾਰ ਨਾਲ ਨੱਚ ਰਿਹਾ ਸੀ। ਸ਼ਹੀਦ ਦੁੱਧਮ ਸਿੰਘ ਨੇ ਮਾਈਕਲ ਐਡਵਾਇਰ ਨੂੰ ਗੋਲੀਆਂ ਮਾਰ ਕੇ ਖਤਮ ਕਰ ਦਿੱਤਾ। ਕਿਹੜੀ ਗੱਲ ਸਹੀ ਹੈ? ਪੜ੍ਹਾਈ ਦਾ ਹਮੇਸ਼ਾ ਮੁੱਲ ਪੈਂਦਾ ਹੈ। ਕਿਹੜੀ ਗੱਲ ਸਹੀ ਹੈ? ਪੜ੍ਹ ਲਿਖ ਕੇ ਕੋਈ ਵੀ ਕੰਮ ਵਧੀਆ ਤਰੀਕੇ ਨਾਲ ਕੀਤਾ ਜਾ ਸਕਦਾ ਹੈ। ਕਿਹੜੀ ਗੱਲ ਸਹੀ ਹੈ? ਇਹਦੇ ਵਿੱਚ ਹੈਗਾ ਸਾਰੇ ਬੱਚਿਆਂ ਨੂੰ ਸਕੂਲ ਜਾਣਾ ਚਾਹੀਦਾ ਹੈ। ਕਿਹੜੀ ਗੱਲ ਸਹੀ ਹੈ? ਕਿ ਲੰਗਿਆ ਵੇਲਾ ਹਮੇਸ਼ਾ ਕਦੇ ਵੀ ਹੱਥ ਨਹੀਂ ਆਉਂਦਾ ਕੁੰਦਨ ਲਾਲ ਮਿਸਤਰੀ ਦਾ ਕੰਮ ਕਰਦਾ ਸੀ ਕੁੰਦਨ ਤੇ ਰਜਿੰਦਰ ਪ੍ਰਾਇਮਰੀ ਸਕੂਲ ਵਿੱਚ ਇਕੱਠੇ ਪੜੇ ਸਨ ਜਦੋਂ ਰਜਿੰਦਰ ਕਿਤਾਬ ਕਾ ਪੀਲਾ ਕੇ ਬੈਠਦਾ ਤਾਂ ਕੀ ਹੁੰਦਾ ਉਸ ਨੂੰ ਕੁੰਦਨ ਤੇ ਉਸਦਾ ਸਕੂਟਰ ਨਜ਼ਰ ਆਉਂਦੇ ਸਨ ਪੂਰਾ ਹਫਤਾ ਕੁੰਦਨ ਲਾਲ ਤੇ ਉਸਦਾ ਸਕੂਟਰ ਹੀ ਉਹਦੀਆਂ ਅੱਖਾਂ ਸਾਹਮਣੇ ਘੁੰਮਦੇ ਰਹੇ ਰਜਿੰਦਰ ਨੂੰ ਕਿਤਾਬ ਵਿੱਚੋਂ ਪੜੀ ਗੱਲ ਯਾਦ ਆਈ ਕਿ ਆਪਣੇ ਮਨ ਦੀ ਉਲਝਣ ਨੂੰ ਕਦੇ ਵੀ ਦਬਾ ਕੇ ਨਾ ਰੱਖੋ ਪਿਤਾ ਜੀ ਨੇ ਕੀ ਸਲਾਹ ਦਿੱਤੀ ਪਹਿਲਾਂ ਹੋਰ ਪੜਾਈ ਕਰਨ ਬਾਰੇ ਇਹ ਲਿਖਿਆ ਵਾਕ ਕਿਸ ਨੇ ਕਿਸ ਨੂੰ ਕਹੇ ਇੱਕ ਕੁੰਦਨ ਨੇ ਰਜਿੰਦਰ ਨੂੰ ਕਹੇ ਹਰ ਗੱਲ ਦਾ ਕਿਸੇ ਠੀਕ ਸਮੇਂ ਤੇ ਹੀ ਮੁੱਲ ਪੈਂਦਾ ਹੈ ਇਹ ਰਜਿੰਦਰ ਨੇ ਕੁੰਦਨ ਨੂੰ ਕਹੇ ਕਿਹੜਾ ਵਾਕ ਸਹੀ ਹੈ ਚਾਚਾ ਜੀ ਨੇ ਬੇਟੇ ਨੂੰ ਕੰਮ ਤੇ ਲਾ ਦਿੱਤਾ ਇਹ ਲਿਖਿਆ ਵਾਕਾਂ ਚੋਂ ਕਿਹੜਾ ਸਹੀ ਹੈ ਇਹ ਵੀ ਬੱਚੇ ਤੁਸੀਂ ਨਾ ਚੁਣ ਕੇ ਲਿਖਣਾ ਕਿਹੜਾ ਸਹੀ ਹੈ ਇਹ ਸਾਰੇ ਵਾਕ ਜਿਹੜੇ ਆ 19 20 ਤੱਕ 20 ਜਿਹੜਾ ਵਾ ਉਹਦੇ ਵਿੱਚ ਤੁਸੀਂ ਸਪੈਲਿੰਗ ਦੇਖਨੇ